गुड मॉर्निंग स्टूडेंट्स, बेटे असी एक बड़ा इंपॉर्टेंट डे 16 अक्टूबर नू सैलीब्रेट किया है। इस दिवस का संबंध जड़ा है वो साड़ी पंजाब हिस्टरी दे नाल है। विभागी हुक्मां दे अनुसार असी सारे बच्चों के नाल बंदा सिंह बहादुर जी के बारे में कुछ ना कुछ साझा करना है, क्योंकि बंदा सिंह बहादुर सिख इतिहास का वो चैप्टर है जड़ा कि साढ़े अंदर वीरता दियाँ भावनावां पैदा करता है। बंदा सिंह बहादुर जी की जड़ी शहीदी है, मैं उसके बारे में छोटा जिहा तुहाडे नाल विचार जड़े ने सांझे कर रहा। जेकर तुसी इहनू गौर नाल सुनोगे तो तुहानू अपने इतिहास से माण होएगा। सब तो पहले बंदा सिंह बहादुर जड़े ने इहनां दा जन्म एक राजपूत हिंदू परिवार के जम्मू के लागे एक जिला है पुंछ, उत्थे एक स्थान सीगा राजावाड़ी जिन्हों हुण राजौरी कहिंदे हन। उत्थे रामदेव भारद्वाज राजपूत दे घर इन्हां दा जन्म होया। इन्हां दी माता दा नाम सुलक्षणी देवी सी। बचपन च बच्चे दा नाम रख्या गया लक्ष्मण दास। लक्ष्मण दास जदों छोटा सी ते ओह विराग विच चला जांदा है। सानू सारिआं नूं इक कहानी जिहड़ी है वह पता है कि किवें ओह शिकार कर रहा सीगा ते एक हिरनी जिहड़ी सी गर्भवती सी ते ओहदे शिकार दा निशाना जिहड़ा है बनदी है ਅਤੇ ਉਹ ਜਦੋਂ ਮਰਦੀ ਹੈ ਤਾਂ ਉਹਦੇ ਅੰਦਰ ਇੱਕ ਵਿਰਾਗ ਪੈਦਾ ਹੁੰਦਾ ਹੈ ਅਤੇ ਬੱਚਾ ਜਿਹੜਾ ਹੈ ਉਹ ਵਿਰਾਗੀ ਹੋ ਜਾਂਦਾ ਹੈ। ਇੱਕ ਵਿਰਾਗੀ ਦੀ ਸ਼ਰਨ ਵਿੱਚ ਚਲਾ ਜਾਂਦਾ ਹੈ ਅਤੇ ਨਾਮ ਉਹ ਵਿਰਾਗੀ ਜਿਹੜਾ ਹੈ ਇਹਨਾਂ ਦਾ ਰੱਖਦਾ ਹੈ ਮਾਧੋ ਦਾਸ। ਸੋ ਲਕਸ਼ਮਣ ਦਾਸ ਨਾਮ ਦਾ ਬੱਚਾ ਮਾਧੋ ਦਾਸ ਵਿਰਾਗੀ ਹੋ ਜਾਂਦਾ ਹੈ। ਅੱਗੇ ਜਾ ਕੇ ਮਾਧੋ ਦਾਸ ਵਿਰਾਗੀ ਜਿਹੜੇ ਨੇ ਇਹਨਾਂ ਦੀ ਮੁਲਾਕਾਤ ਜਿਹੜੀ ਹੈ ਉਹ ਮਹਾਰਾਸ਼ਟਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੁੰਦੀ ਹੈ ਸਤੰਬਰ 1708। ਇਹਨਾਂ ਨੂੰ ਤੰਤਰ ਵਿੱਦਿਆ ਦਾ ਗਿਆਨ ਸੀਗਾ। ਨਤੀਜਾ ਕੀ ਨਿਕਲਦਾ ਹੈ ਕਿ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਸਾਹਮਣੇ ਦੇਖਦੇ ਨੇ ਤੇ ਇੱਕ ਵਾਰ ਫਿਰ ਇੱਕ ਪੂਰਨ ਗੁਰੂ ਤੇ ਇੱਕ ਪੂਰਨ ਚੇਲੇ ਦਾ ਮਿਲਾਪ ਆਪਸ ਵਿੱਚ ਹੁੰਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਤਮਸਤਕ ਹੁੰਦੇ ਹੋਏ ਮਾਧੋ ਦਾਸ ਵਿਰਾਗੀ ਕਹਿੰਦਾ ਹੈ ਕਿ ਮੈਂ ਤੁਹਾਡਾ ਬੰਦਾ ਹਾਂ। ਉਸੇ ਦਿਨ ਤੋਂ ਮਾਧੋ ਦਾਸ ਵਿਰਾਗੀ ਦਾ ਨਾਮ ਜਿਹੜਾ ਹੈ ਉਹ ਚੇਂਜ ਹੋ ਕੇ ਉਹ ਬਦਲ ਕੇ ਉਹ ਬਣ ਗਿਆ ਬੰਦਾ ਸਿੰਘ ਬਹਾਦਰ। ਬੰਦਾ ਸਿੰਘ ਬਹਾਦਰ ਇੱਕ ਹਨੇਰੀ ਨਹੀਂ ਸੀ, ਇੱਕ ਤੂਫਾਨ ਸੀ। ਬੰਦਾ ਸਿੰਘ ਬਹਾਦਰ ਨੂੰ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਕੂਚ ਕਰਨ ਲਈ ਭੇਜਿਆ। ਪੰਜਾਬ ਦੀ ਉਸ ਧਰਤੀ ਵੱਲ ਕੂਚ ਕਰਨ ਲਈ ਭੇਜਿਆ ਜਿੱਥੇ ਅਧਰਮ ਜਿਹੜਾ ਸੀਗਾ ਉਹ ਪੂਰੀ ਤਰ੍ਹਾਂ ਨਾਲ ਆਪਣਾ ਭਿਆਨਕ ਰੂਪ ਦਿਖਾ ਰਿਹਾ ਸੀ। ਇਹ ਉਹ ਧਰਤੀ ਸੀ ਜਿੱਥੇ ਦੋ ਛੋਟੇ ਸਾਹਿਬਜ਼ਾਦੇ ਜਿਹੜੇ ਸਨ ਉਹ ਨੀਹਾਂ ਵਿੱਚ ਚਿਣਵਾ ਦਿੱਤੇ ਗਏ ਸਨ। ਇਹ ਉਹ ਧਰਤੀ ਸੀ ਜਿੱਥੇ ਜ਼ਕਰੀਆ ਖਾਨ ਅਤੇ ਮੁਗਲ ਸਲਤਨਤ ਜਿਹੜੀ ਹੈ, ਮੁਗਲ ਸਾਮਰਾਜ ਜਿਹੜਾ ਹੈ, ਉਹ ਰੱਜ ਕੇ ਵਹਿਸ਼ਤ ਦਾ ਨੰਗਾ ਨਾਚ ਕਰ ਰਿਹਾ ਹੈ। ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਧੋ ਦਾਸ ਵਿਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਉਹਨਾਂ ਨੂੰ ਪੰਜ ਤੀਰ ਦਿੰਦੇ ਹਨ। ਪੰਜ ਤੀਰ ਦਿੱਤੇ ਅਤੇ ਨਾਲ ਉਹਨਾਂ ਨੇ ਪੰਜ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਭੇਜਿਆ। ਜੇਕਰ ਅਸੀਂ ਇਤਿਹਾਸਿਕ ਤੌਰ 'ਤੇ ਦੇਖੀਏ ਤਾਂ ਇਹ ਪੰਜ ਸਿੰਘ ਜਿਹੜੇ ਸਨ ਇਹਨਾਂ ਦੇ ਨਾਮ ਸਿੰਘ ਕਾਨ ਸਿੰਘ ਜੀ, ਵਿਨੋਦ ਸਿੰਘ ਜੀ, ਬਾਜ ਸਿੰਘ ਜੀ, ਕੌਰ ਸਿੰਘ ਜੀ ਅਤੇ ਭਗਵੰਤ ਸਿੰਘ ਜੀ। ਇਹ ਪੰਜ ਪਿਆਰੇ, ਇਹ ਇੱਕ ਪੂਰਾ ਖਾਲਸਾ ਸੀ। ਅਸੀਂ ਦੇਖਦੇ ਹਾਂ ਪੰਜ ਖਾਲਸੇ ਦੇ ਪੰਜ ਕਕਾਰ ਨੇ, ਉਸੇ ਤਰੀਕੇ ਨਾਲ ਪੰਜ ਕਕਾਰਾਂ ਨਾਲ ਸੁਸੱਜਿਤ ਪੰਜ ਪਿਆਰੇ ਜਿਹੜੇ ਸਨ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਖਾਲਸੇ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਲ ਭੇਜੇ ਸਨ, ਨਾਲ ਉਹਨਾਂ ਨੂੰ ਪੰਜ ਤੀਰ ਦਿੱਤੇ ਸਨ। ਬੰਦਾ ਸਿੰਘ ਬਹਾਦਰ ਜਦ ਪੰਜਾਬ ਵੱਲ ਵਧਿਆ ਤਾਂ ਹਨੇਰੀ ਵਾਂਗ ਆਇਆ ਅਤੇ ਤੂਫਾਨ ਦੀ ਤਰ੍ਹਾਂ ਸਭ ਕੁਝ ਉਡਾਉਂਦਾ ਗਿਆ। ਸਮਾਣਾ, ਸਢੌਰਾ ਅਤੇ ਸਰਹੰਦ ਦੀ ਉਸ ਪਾਪੀ ਧਰਤੀ ਨੂੰ ਉਹਨੇ ਨਿਸਤਾਬੂਤ ਕਰ ਦਿੱਤਾ, ਉਸਨੂੰ ਮਲੀਆ ਮੇਟ ਕਰ ਦਿੱਤਾ ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਿਹੜੀ ਸੀਗੀ ਉਹ ਕੂਕ ਰਹੀ ਸੀ। ਬੰਦਾ ਸਿੰਘ ਬਹਾਦਰ ਇੱਕ ਅਜਿਹੀ ਆਤਮਾ ਰਹੀ ਹੈ, ਇੱਕ ਅਜਿਹਾ ਯੋਧਾ ਰਿਹਾ ਹੈ ਜਿਸ ਨੇ ਸਭ ਤੋਂ ਪਹਿਲੇ ਪੰਜਾਬ ਦੀ ਹਿੰਦੁਸਤਾਨ ਦੇ ਵਿੱਚ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ। ਗੁਰੂਆਂ ਦੇ ਨਾਮ ਦੇ ਉੱਤੇ ਸਿੱਕੇ ਚਲਾਏ ਸਨ। ਸਿੱਖ ਰਾਜ ਦੀ ਰਾਜਧਾਨੀ ਜਿਹੜੀ ਸੀਗੀ ਉਹ ਲੋਹਗੜ੍ਹ ਰੱਖੀ ਸੀ। ਬੰਦਾ ਸਿੰਘ ਬਹਾਦਰ ਤੋਂ ਦੁਨੀਆ ਜਿਹੜੀ ਸੀਗੀ ਉਸ ਵੇਲੇ ਦੀ ਮੁਗਲ ਸਾਮਰਾਜ ਜਿਹੜਾ ਸੀਗਾ ਉਹ ਥਰ ਥਰ ਕੰਬਦਾ ਸੀਗਾ। ਅੰਤ ਵਿੱਚ ਗੁਰਦਾਸ ਨੰਗਲ ਦੀ ਲੜਾਈ ਹੁੰਦੀ ਹੈ। ਗੁਰਦਾਸ ਨੰਗਲ ਦੀ
लड़ाई दे विच घेरा पैंदा है। घेरा पा के दिसंबर 1715 विच गुरदास नंगल की लड़ाई हुई। गुरदास नंगल की लड़ाई जिहड़ी है अंत विच बंदा सिंह बहादुर दे नाल 794 सिख जिहड़े सन उन्हां नूं पकड़ लिया गया ते उन्हां नूं दिल्ली दरबार जिहड़ा सीगा उह पेश करना सीगा। हुण मैं आना हाँ कि वह शहादत जिहो जी शहादत शायद धरती दे उत्ते बड़ी घट हुई है वह सी पंजाब दा जिहड़ा हाकम सीगा वह अब्बुल समद सी ते उसने अपने बेटे जकरिया खान की ड्यूटी लगाई कि बंदा सिंह बहादुर ते उहदे नाल जिहड़े सिंह सन उन्हां नूं दिल्ली लै के मुगल शहनशाह दे सामने पेश किया जाए। हुण इत्थे की हुंदा है, इत्थे उन्हां दे नाल उन्हां दा जिहड़ा सेनापति है उहदे नाल गल करदा है कि असीं 7 या 8 महीने गुरदास नंगल की लड़ाई दे उत्ते हवेली जिहड़ी सी उहनूं घेरा पाया सी, साडी 70,000 दी सेना सी, साढ़े कोल बादशाह जिहड़ा है उह सवाल पुछेगा कि 7 या 8 महीने विच तुसीं सिर्फ यह थोड़े जे सिंह जिहड़े ने इहनां दे करके एड्डी वड्डी लड़ाई लड़ी है। उस वेले की कीता जांदा है जदों इहनां सारिआं नूं दिल्ली लै के जाणा है ते अब्बुल समद ते जकरिया खान एक घोषणा करदे ने कि जिथे जिथे कोई सिंह नज़र आता है उहदा सिर कट लिया जाए। 3,000 तो ज़्यादा सिंघां दे सिर कट के ते उहनां ने जिहड़ा जुलूस चलिया दिल्ली वाली साइड ते ते जदों दिल्ली एंटर होया ते इतिहासकार कहिंदे ने कि लगभग 3,000 ਭਾਲਿਆਂ ਦੇ ਉੱਤੇ ਜਾਂ ਬਰਛਿਆਂ ਦੇ ਉੱਤੇ 3,000 ਸਿੱਖਾਂ ਦੇ ਸਿਰ ਜਿਹੜੇ ਸਨ ਉਹ ਲਟਕ ਰਹੇ ਸਨ। ਇਹ ਉਹ ਸੀਨ ਸੀਗਾ, ਇੰਨਾ ਭਿਆਨਕ ਸੀਨ ਸੀਗਾ, ਇੰਨਾ ਦਿਲ ਨੂੰ ਦਹਿਲਾਉਣ ਵਾਲਾ ਸੀਨ ਸੀਗਾ ਕਿ ਉਹਦੇ ਪਿੱਛੇ 700 ਗੱਡੇ ਸਨ ਅਤੇ ਉਹਨਾਂ ਦੇ ਵਿੱਚ ਸਿੱਖ ਜਿਹੜੇ ਸਨ, ਸਿੰਘ ਜਿਹੜੇ ਸਨ ਗੁਰੂ ਕੇ, ਉਹਨਾਂ ਦੀਆਂ ਧੜ ਜਿਹੜੇ ਸੀਗੇ ਉਹ ਲੱਦੇ ਹੋਏ ਸਨ। ਉਸ ਤੋਂ ਪਿੱਛੇ ਘੋੜਿਆਂ ਦੇ ਉੱਤੇ ਘੋੜਿਆਂ ਦਾ ਜਿਹੜਾ ਜਲੂਸ ਸੀਗਾ ਉਸ ਤੋਂ ਪਿੱਛੇ ਜਿਹੜਾ ਸੀਗਾ ਬੰਦਾ ਸਿੰਘ ਬਹਾਦਰ ਜਿਹੜੇ ਨੇ ਉਹਨਾਂ ਨੂੰ ਇੱਕ ਹਾਥੀ ਦੇ ਉੱਤੇ ਇੱਕ ਲੋਹੇ ਦੇ ਪਿੰਜਰੇ ਦੇ ਵਿੱਚ ਬੜੀ ਹਾਸੋਹਾਣੀ ਪੋਸ਼ਾਕ ਦੇ ਵਿੱਚ ਬਿਠਾਇਆ ਹੋਇਆ ਸੀ। ਸ਼ਹਾਦਤ ਕੀ ਕਹਿੰਦੀ ਹੈ? ਸ਼ਹਾਦਤ ਕਹਿੰਦੀ ਹੈ ਕਿ ਜਦੋਂ ਉਹਨਾਂ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਦੇ ਸਾਹਮਣੇ ਅਤੇ ਉਸ ਵੇਲੇ ਮੁਗਲ ਬਾਦਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਕਿਹਾ ਸੀਗਾ ਕਿ ਬੰਦਾ ਸਿੰਘ ਬਹਾਦਰ ਤੂੰ ਦੇਖ ਰਿਹਾ ਹੈ ਕਿ ਜਿਨ੍ਹਾਂ ਨੇ ਸਾਡੇ ਮੁਗਲ ਸਾਮਰਾਜ ਦੇ ਖਿਲਾਫ ਬਗਾਵਤ ਕੀਤੀ ਆ ਅਸੀਂ ਉਹਨਾਂ ਦਾ ਕੀ ਹਾਲ ਕੀਤਾ ਹੈ। ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਅਸੀਂ ਗੁਰੂ ਕੇ ਸਿੱਖ ਹਾਂ, ਅਸੀਂ ਧਰਮ ਦੇ ਲਈ ਮਰ ਮਿਟਣਾ ਜਾਂ ਸ਼ਹਾਦਤ ਦੇਣਾ ਸਿੱਖ ਕੌਮ ਦੇ ਲਈ ਆਮ ਗੱਲ ਹੈ। ਮੁਗਲ ਬਾਦਸ਼ਾਹ ਨੇ ਉਸ ਵੇਲੇ ਉਹਨਾਂ ਨੂੰ ਇੱਕ ਗੱਲ ਕਹੀ ਕਿ ਬੰਦਾ ਸਿੰਘ ਬਹਾਦਰ ਮੈਂ ਤੈਨੂੰ ਮਾਰਾਂਗਾ ਨਹੀਂ, ਮੈਂ ਤੈਨੂੰ ਦੀਨੇ ਇਲਾਹੀ ਵਿੱਚ ਜਾਂ ਇਸਲਾਮ ਵਿੱਚ ਲੈ ਕੇ ਆਵਾਂਗਾ ਅਤੇ ਸਾਰੀ ਦੁਨੀਆ ਵੇਖੇਗੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮੁਗਲ ਬਾਦਸ਼ਾਹਾਂ ਦੇ ਖਿਲਾਫ ਕੋਈ ਬਗਾਵਤ ਕਰਦਾ ਹੈ ਉਹਨਾਂ ਦਾ ਕੀ ਹਾਲ ਹੁੰਦਾ ਹੈ ਅਤੇ ਅਸਲ ਵਿੱਚ ਅੰਤ ਦੇ ਵਿੱਚ ਉਹ ਮੁਗਲ ਬਾਦਸ਼ਾਹਾਂ ਦੀਆਂ ਜੁੱਤੀਆਂ ਚੁੱਕਦਾ ਹੈ। ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਬਾਦਸ਼ਾਹ ਤੂੰ ਆਪਣਾ ਜ਼ਬਰ ਕਰਕੇ ਦੇਖ ਲੈ ਅਤੇ ਮੈਂ ਆਪਣਾ ਸਬਰ ਦੇਖਦਾ ਹਾਂ। ਅੱਗੇ ਜਾ ਕੇ ਜੋ ਨਤੀਜਾ ਆਉਂਦਾ ਹੈ ਸਾਹਮਣੇ ਉਹਦੇ ਸਿੰਘ ਜਿਹੜੇ ਨੇ ਸ਼ਹੀਦ ਕੀਤੇ ਜਾਂਦੇ ਨੇ, ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ। ਮੁਗਲ ਬਾਦਸ਼ਾਹ ਹੱਸਦਾ ਹੈ, ਉਹ ਕਹਿੰਦਾ ਹੈ ਬੰਦਾ ਸਿੰਘ ਡਰ ਗਿਆ, ਤੇਰੇ ਸਾਹਮਣੇ ਇੰਨੀਆਂ ਜਿਹੜੀਆਂ ਸ਼ਹਾਦਤਾਂ ਅਸੀਂ ਕਤਲ ਕਰ ਰਹੇ ਹਾਂ ਸਿੰਘਾਂ ਦੇ, ਡਰ ਲੱਗਿਆ ਨਾ? ਅਤੇ ਉਸ ਵੇਲੇ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਅੱਖਾਂ ਖੋਲ੍ਹ ਕੇ ਕਿਹਾ ਕਿ ਹੇ ਮੁਗਲ ਬਾਦਸ਼ਾਹ, ਮੈਂ ਆਪਣੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਅਰਦਾਸ ਕਰ ਰਿਹਾ ਹਾਂ ਕਿ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ, ਮੈਨੂੰ ਮੁੱਦਤਾਂ ਹੋ ਗਈਆਂ, ਪਰ ਇਹ ਜਿਹੜੇ ਬਾਅਦ ਵਿੱਚ ਆਏ ਨੇ ਇਹਨਾਂ ਨੂੰ ਪਹਿਲੇ ਆਪਣੀ ਗੋਦ ਵਿੱਚ ਲੈ ਰਿਹਾ ਹੈ, ਸ਼ਹਾਦਤ ਦੇ ਰਿਹਾ ਹੈ, ਅਤੇ ਮੇਰੇ ਸੱਚੇ ਪਾਤਸ਼ਾਹ ਮੈਨੂੰ ਹਾਲੀ ਤੱਕ ਉਸ ਸ਼ਹੀਦੀ ਦਾ ਜਾਮ ਕਿਉਂ ਨਹੀਂ ਚਖਾਇਆ। ਬੰਦਾ ਸਿੰਘ ਬਹਾਦਰ ਦੇ ਇਹ ਲਫ਼ਜ਼ ਜਿਹੜੇ ਸੀਗੇ ਉਹ ਮੁਗਲ ਬਾਦਸ਼ਾਹ ਨੂੰ ਅੰਦਰ ਤੱਕ ਕੰਬਾ ਗਏ। ਉਹਨਾਂ ਨੇ ਕਿਹਾ ਕਿ ਹੁਣ ਮੈਂ ਤੈਨੂੰ ਉਹ ਮੌਤ ਦੇਵਾਂਗਾ ਕਿ ਦੁਨੀਆ ਕੰਬੇਗੀ, ਜਾਂ ਤਾਂ ਤੂੰ ਇਸਲਾਮ ਵਿੱਚ ਆ ਜਾਏਗਾ ਅਤੇ ਜਾਂ ਤੂੰ ਡਰ ਜਾਏਗਾ। ਇੱਥੇ ਅੱਗੇ ਆ ਕੇ ਕੀ ਹੁੰਦਾ ਹੈ ਕਿ ਜਿਹੜੇ ਬੰਦਾ ਸਿੰਘ ਬਹਾਦਰ ਸਨ ਉਹਨਾਂ ਦਾ 3.25 ਸਾਲ ਦਾ ਬੇਟਾ ਜਿਹਦਾ ਨਾਮ ਅਜੇ ਸਿੰਘ ਸੀਗਾ, ਅਜੇ ਸਿੰਘ ਨੂੰ ਲੈ ਕੇ ਆਇਆ ਜਾਂਦਾ ਹੈ, ਉਹਦੀ ਮਾਂ ਦੀ ਗੋਦ ਦੇ ਵਿੱਚੋਂ ਲਿਆਂਦਾ ਜਾਂਦਾ ਹੈ ਅਤੇ ਬੰਦਾ ਸਿੰਘ ਬਹਾਦਰ ਨੂੰ ਦੀ ਗੋਦੀ ਵਿੱਚ ਰੱਖ ਕੇ ਕਿਹਾ ਜਾਂਦਾ ਹੈ ਐਲਾ ਫੜ ਛੁਰਾ ਅਤੇ ਇਹਦਾ ਕਤਲ ਕਰ ਦੇ। ਬੰਦਾ ਸਿੰਘ ਬਹਾਦਰ ਨੇ ਉੱਥੇ ਮੁਗਲ ਬਾਦਸ਼ਾਹ ਨੂੰ ਇੱਕ ਗੱਲ ਕਹੀ, ਬਾਦਸ਼ਾਹ ਮੇਰਾ ਦੀਨ
मेरा धर्म जड़ा है वो मासूम दे उत्ते बिल्कुल हथियार या हाथ उठाने की इजाजत नहीं दिंदा, वो मासूमियत नू प्यार करता है। इत्थे आके बंदा सिंह बहादुर बादशाह नू कहंदे ने कि जेकर मेरे पुत की जगह तेरा पुत भी हुंदा ते मैं तां वी उसनू चुमदा, मैं उसनू प्यार करदा, मैं उसनू कतल कदे ना करदा। बंदा सिंह बहादुर दे बेटे नू उहनां दे हत्थ तों ले लिया जांदा है, होया जांदा है ते जल्लाद जिहड़ा है उहनां दे बेटे अजय सिंह नू जिहड़ा है वह चीर दिंदा है। चीर के उसका दिल जिहड़ा है उहनां दे बेटे का वह कढ़ के बंदा सिंह बहादुर दे मूँह दे विच पा दिता जांदा है। सो इस तरीके दे नाल बंदा सिंह बहादुर सी नहीं करदे ते हसदे हसदे सिख शहादत की परंपरा नू अगे चलांदे होए सदा लई सिखी तो कुर्बान हो जांदे हन। सो जिन्ने भी बच्चे ए वीडियो देख रहे ने, जिन्ने भी बच्चे ए गल सुन रहे ने कि बंदा सिंह बहादुर जिहड़े ने वह 9 जून 1716 नू दिल्ली दे विच शहीद कर दिते गए। सो साडा पंजाबी विरसा जिहड़ा है वह बड़ा अमीर है। यह आत्म सम्मान सिखांदा है, यह धर्म ते चलना सिखांदा है, यह झूठ तो दूर करदा है ते यह सच दे नेड़े लियांदा है। सो मेरी सारे बच्चियां अगे एहो ही गुजारिश है कि अपने इतिहास नू बहुत प्यार करो, अपने इतिहास नू चंगे तरीके नाल पढ़ो ते अपनियां इतिहास दियां किताबां अनुसार अगे वधन दी कोशिश करो। धन्यवाद, शुक्रिया।